ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਪੈ ਗਿਆ ਹੁਣ ਨਵਾਂ ਸਿਆਪਾ ਕੀ ਹੋ ਚੁੱਕੇ 46% ਦੀ ਲੋਕਾਂ ਨੂੰ ਹੋ ਰਹੀ ਹੈ ਇਹ ਬਿਮਾਰੀ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਹੁਣ ਠੀਕ ਹੋ ਚੁੱਕੇ 46% ਦੀ ਲੋਕਾਂ ਨੂੰ ਇਹ ਬਿਮਾਰੀ ਸਾਹਮਣੇ ਆਈ ਆ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਵਿੱਚ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਉੱਤੇ ਹੀ ਸ਼ੂਗਰ ਤੋਂ ਪੀੜਤ ਹੋਣ ਦੀ ਖਬਰ ਸਾਹਮਣੇ ਆਈ ਆ ਹੁਣ ਸਾਹਮਣੇ ਆਏ ਅਧਿਐਨ ਦੇ ਵਿੱਚ 46% ਦੀ ਲੋਕਾਂ ਨੂੰ ਸ਼ੂਗਰ ਦੀ ਸ਼ਿਕਾਇਤ ਪਾਈ ਗਈ ਆ ਕਰੋਨਾ ਤੋਂ ਠੀਕ ਹੋਣ ਵਾਲੇ ਇਹਨਾਂ ਲੋਕਾਂ ਵਿੱਚ ਸ਼ੂਗਰ ਦੀ ਬਿਮਾਰੀ ਵਿੱਚ ਕੁਝ ਲੋਕਾਂ ਵਿੱਚ ਜਲਦੀ ਹੀ ਸਮਾਪਤ ਹੋ ਗਈ ਲਗਭਗ 35% ਦੀ ਲੋਕ ਘੱਟੋ ਘੱਟ 6 ਮਹੀਨੇ ਤੱਕ ਇਹੇ ਸਮੱਸਿਆ ਦੇਖੀ ਜਾ ਰਹੀ ਆ ਇਸ ਬਿਮਾਰੀ ਦੇ ਨਾਲ ਜੂਜ ਦੇ ਜੂਜ ਦੇ ਬਹੁਤ ਸਾਰੇ ਮਰੀਜ਼ਾਂ ਵਿੱਚ ਆਕਸੀਜਨ ਵੀ ਜ਼ਰੂਰਤ ਤੋਂ ਜ਼ਿਆਦਾ ਸੀ ਤੇ ਉਹਨਾਂ ਦੀ ਦੇਖਭਾਲ ਲਈ ਹਸਪਤਾਲ ਰੱਖਣਾ ਪਿਆ ਕਈ ਮਰੀਜ਼ਾਂ ਦੇ ਵਿੱਚ ਹਾਰਮੋਨਸ ਦਾ ਪੱਧਰ ਵੀ ਬਰਾਬਰ ਨਹੀਂ ਸੀ ਇਸ ਤਰ੍ਹਾਂ ਦੇ ਲੱਚਣ ਵਾਲੇ ਮਰੀਜ਼ਾਂ ਦੀ ਦੇਖਭਾਲ ਲਈ ਉਹਨਾਂ ਨੂੰ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਭਰਤੀ ਰੱਖਣਾ ਪਿਆ ਖੋਜ ਕਰਤਾਵਾਂ ਨੇ ਕਰੋਨਾ ਤੋਂ ਠੀਕ ਹੋਣ ਵਾਲੇ 551 ਲੋਕਾਂ ਦੀ ਸਿਹਤ ਦੀ निगरानी रखी ये लोग मार्च अप्रैल ते मई 2020 ਦੇ ਵਿੱਚ ਇਟਲੀ ਵਿੱਚ ਕਰੋਨਾ ਦਾ ਸ਼ਿਕਾਰ ਹੋਏ ਸਨ ਤੇ ਜਿੱਥੇ ਇਹਨਾਂ ਵੱਲੋਂ ਕਰੋਨਾ ਨੂੰ ਮਾਰ ਦਿੱਤੀ ਗਈ ਸੀ ਉੱਤੇ ਹੀ ਇਹਨਾਂ ਦੇ ਸਰੀਰ ਵਿੱਚ ਸ਼ੂਗਰ ਦਾ ਲੈਵਲ ਘਟ ਨਹੀਂ ਹੋਇਆ ਤੇ ਇਸ ਬਿਮਾਰੀ ਤੇ ਨਾਲ ਜੂਝ ਰਹੇ ਹਨ ਜਿਸ ਕਰਕੇ ਇਹਨਾਂ ਲੋਕਾਂ ਦੀ ਸਿਹਤ ਸੰਬੰਧੀ ਸਮੱਸਿਆਵਾਂ ਲਗਾਤਾਰ ਪੈਦਾ ਹੋ ਰਹੀਆਂ ਨੇ ਸੋ ਦੋਸਤੋ ਵੱਡੀ ਦੁਖਦਾਈ ਖਬਰ ਹੈ ਕਰੋਨਾ ਤੋਂ ਠੀਕ ਹੋ ਚੁੱਕੇ 46% ਲੋਕਾਂ ਨੂੰ ਇੱਕ ਨਵੀਂ ਬਿਮਾਰੀ ਸਾਹਮਣੇ ਆਈ ਹੈ ਸੋ ਕਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੇ ਵਿੱਚ ਕਈ ਤਰ੍ਹਾਂ ਦੇ ਮਾਮਲੇ ਸਾਹਮਣੇ ਨੇ 슈ਗਰ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੀ ਹੈ ਧੰਨਵਾਦ